ਨਾਭਾ ਨਾਲ ਸੰਬੰਧਿਤ ਸੀਗੇ ਉਹ ਸਾਰੇ ਇਸ ਮੀਟਿੰਗ 'ਚ ਰਿੰਕੂ ਦੀ ਅਗਵਾਈ ਦੇ ਵਿੱਚ ਜਿਹੜੇ ਕਿ ਨਾਭਾ ਸ਼ਿਵ ਸੈਨਾ ਹਿੰਦੁਸਤਾਨ ਦੇ ਇੰਚਾਰਜ ਹੈ ਉਹਨਾਂ ਦੀ ਅਗਵਾਈ 'ਚ ਸ਼ਾਮਿਲ ਹੋਏ। ਮੇਰੇ ਨਾਲ ਇਸ ਮੀਟਿੰਗ ਦੇ ਵਿੱਚ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਸ਼੍ਰੀ ਵਿਨੀਤ ਸਹਿਗਲ ਜੀ ਔਰ ਰਾਸ਼ਟਰੀ ਸਲਾਹਕਾਰ ਸ਼੍ਰੀ ਸੰਜੀਵ ਬਬਲਾ ਜੀ ਪਟਿਆਲੇ ਤੋਂ ਇਸ ਮੀਟਿੰਗ ਨੂੰ ਲੈਣ ਲਈ ਮੇਰੇ ਨਾਲ ਇੱਥੇ ਉਪਸਥਿਤ ਹੋਏ ਆ। ਇਹ ਮੀਟਿੰਗ 2019 ਦੀ ਜਿਹੜੀ ਲੋਕ ਸਭਾ ਚੋਣਾਂ ਆ ਰਹੀਆਂ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੰਗਠਨਾਤਮਕ ਤੌਰ 'ਤੇ ਮੀਟਿੰਗ ਕੀਤੀ ਗਈ ਹੈ। ਇਹਦੇ ਵਿੱਚ ਇਹ ਫੈਸਲਾ ਹੋਇਆ ਕਿ ਪੂਰੇ ਜ਼ਿਲ੍ਹੇ ਦੇ ਨਾਲ ਨਾਲ ਨਾਭੇ ਦੇ ਵਿੱਚ ਵੀ ਸ਼ਿਵ ਸੈਨਾ ਦੀਆਂ ਜਿਹੜੀਆਂ ਮਹੱਤਵਪੂਰਨ 5 ਜਿਹੜੇ ਵਿੰਗ ਹੈ ਜਿਹਦੇ ਵਿੱਚ ਮੁੱਖ ਰੂਪ 'ਚ ਸ਼ਿਵ ਸੈਨਾ ਹਿੰਦੁਸਤਾਨ, ਉਹਦਾ ਜਿਹੜਾ ਦੂਸਰਾ ਯੁਵਾ ਇਕਾਈ, ਤੀਸਰਾ ਮਹਿਲਾ ਸੈਨਾ ਔਰ ਸਟੂਡੈਂਟ ਇਕਾਈ ਔਰ ਮਜ਼ਦੂਰ ਸੈਨਾ, ਇਹਨਾਂ ਨੂੰ ਪੂਰੀ ਤਰੀਕੇ ਨਾਲ ਜਥੇਬੰਦ ਕੀਤਾ ਜਾਏਗਾ ਔਰ ਜਥੇਬੰਦੀ ਪਾਰਟੀ ਪੱਧਰ ਦੇ ਉੱਤੇ ਨਾਭਾ ਦੇ ਵਾਰਡ ਵਾਈਜ਼ ਆਪਣੇ ਸੰਗਠਨ ਨੂੰ ਖੜ੍ਹਾ ਕਰੇਗੀ। ਵਾਰਡ ਲੈਵਲ 'ਤੇ ਪ੍ਰਮੁੱਖ ਲਗਾਏ ਜਾਣਗੇ, ਪ੍ਰਧਾਨ ਲਗਾਏ ਜਾਣਗੇ ਤਾਂ ਕਿ ਆਮ ਲੋਕਾਂ ਦੇ ਗ੍ਰੀਵੈਂਸਿਸ ਨੂੰ ਲੈ ਕੇ, ਸ਼ਿਕਾਇਤਾਂ ਨੂੰ ਲੈ ਕੇ ਸੰਗਠਨ ਜਿਹੜਾ ਪ੍ਰਸ਼ਾਸਨ ਦਾ ਨਾਲ ਸੰਘਰਸ਼ ਕਰ ਸਕੇ, ਪ੍ਰਸ਼ਾਸਨ ਦੇ ਧਿਆਨ 'ਚ ਲਿਆ ਸਕੇ ਔਰ ਆਮ ਹੈ ਉਹ ਮਿਲ ਸਕੇ, ਉਹਦੇ ਲਈ ਸ਼ਿਵ ਸੈਨਾ ਹਿੰਦੁਸਤਾਨ ਕੰਮ ਕਰੇਗੀ। ਇਹਦੇ ਨਾਲ ਨਾਲ ਸ਼ਿਵ ਸੈਨਾ ਹਿੰਦੁਸਤਾਨ, ਅਸੀਂ ਉਦੋਂ ਅਕਾਲੀ ਦਲ ਬੀਜੇਪੀ ਸਰਕਾਰ ਦੇ ਟਾਈਮ ਲੜਾਈ ਲੜੀ ਔਰ ਉਹਦਾ ਨਤੀਜਾ ਨਿਕਲਿਆ ਸੀ। ਡਿਸਟ੍ਰਿਕਟ ਹੈਡਕੁਆਰਟਰ 'ਤੇ ਬੜੇ ਬੜੇ ਗਊਸ਼ਾਲਾਵਾਂ ਦਾ ਨਿਰਮਾਣ ਕੀਤਾ, ਗਾਜੀਪੁਰ ਵਾਲੀ ਹੋਈ, ਹੋਰ ਹੋਏ ਔਰ ਕਿਸਾਨਾਂ ਨੇ ਵੀ ਉਹਦੇ 'ਚ ਬੜਾ ਕੰਟਰੀਬਿਊਸ਼ਨ ਦਿੱਤਾ। ਇਹ ਸਰਕਾਰ ਨੇ ਆ ਕੇ ਉਹਦੀ ਬਿਜਲੀ ਦਾ ਬਿੱਲ ਲਾਤਾ, ਜਦ ਕਿ ਦੂਜੇ ਪਾਸੇ ਗਊ ਸੈਂਸ ਦੇ ਨਾਮ ਦੇ ਉੱਤੇ ਲਗਭਗ ਕੋਈ 20 ਤੋਂ ਵੀ ਉੱਪਰ ਆਈਟਮਾਂ ਹੈਗੀਆਂ, ਨਵੀਂ ਕਾਰ ਦੇ ਉੱਤੇ, ਸ਼ਰਾਬ ਦੇ ਉੱਤੇ, ਪੈਟਰੋਲ ਦੇ ਉੱਤੇ, ਬਿਜਲੀ ਦੇ ਪੈਸਾ ਆ ਰਿਹਾ, ਬਿਜਲੀ ਦੇ ਉੱਤੇ ਬਿੱਲ 'ਤੇ ਵੀ ਆ ਰਿਹਾ, ਤਾਂ ਉਸ ਪੈਸੇ ਨਾਲ ਤੁਸੀਂ ਆ ਜਿਹੜਾ ਜਾਨੀ ਨੁਕਸਾਨ ਹੋ ਰਿਹਾ ਸਰਕਾਰ ਕਿਉਂ ਨਹੀਂ ਕਰ ਰਹੀ? ਜਿੱਥੇ ਤੱਕ ਰਹੀ ਹਿੰਦੂ ਸਮਾਜ ਦੀ, ਤਾਂ ਹਿੰਦੂ ਸਮਾਜ ਉਦੋਂ ਤੱਕ ਇਹ ਉਪਰਾਲਾ ਨਹੀਂ ਕਰ ਸਕਦਾ ਜਦ ਤੱਕ ਮੰਦਰਾਂ ਦੇ ਪ੍ਰਬੰਧ, ਇਤਿਹਾਸਿਕ ਜਿਹੜੇ ਮੰਦਰ ਹੈ ਉਹਨਾਂ ਦਾ ਪ੍ਰਬੰਧ SGPC ਦੀ ਤਰਜ ਦੇ ਉੱਤੇ ਹਿੰਦੂ ਸਮਾਜ ਨੂੰ ਨਹੀਂ ਮਿਲ ਜਾਂਦਾ, ਕਿਉਂਕਿ ਸਾਡੇ ਕੋਲ ਪੈਸੇ ਦੀ ਕਮੀ ਨਹੀਂ ਹੈ। ਹੁਣ ਸ਼੍ਰੀ ਕਾਲੀ ਦੇਵੀ ਮੰਦਰ ਹੈ ਪਟਿਆਲਾ ਦਾ, ਬੇਸ਼ੁਮਾਰ ਉਹਦੇ 'ਚ ਧਨ ਹੈ ਪਰ ਉਹ ਸਰਕਾਰ ਦੇ ਕੋਲ ਹੈ, ਉਹਦੇ 'ਚ ਹਿੰਦੂ ਸਮਾਜ ਪੈਸਾ ਚੜ੍ਹਾ ਸਕਦਾ ਪਰ ਉਹ SGPC ਦੀ ਤਰ੍ਹਾਂ, ਸਿੱਖ ਸਮਾਜ ਦੀ ਤਰ੍ਹਾਂ ਤੈਅ ਨਹੀਂ ਕਰ ਸਕਦਾ। ਤਾਂ ਇਹ ਜਿਹੜੀ ਸਭ ਤੋਂ ਵੱਡੀ ਘਾਟ ਹੈ, ਇਹ ਸੰਘ ਨੂੰ ਵੀ ਅਸੀਂ ਅਪੀਲ ਕੀਤੀ ਹੈ, RSS ਸੰਘ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਇੱਕ ਰਾਮ ਜਨਮ ਭੂਮੀ ਦੀ ਲੜਾਈ ਲੜੀ, ਪੂਰੇ ਦੇਸ਼ ਦੀ ਰਾਜਨੀਤਿਕ ਸਿਨੇਰੀਓ ਬਦਲ ਗਿਆ, ਇੱਥੋਂ ਤੱਕ ਕਿ ਜਿਹੜੇ ਕਮਿਊਨਿਸਟ ਸ਼ਾਸਿਤ ਰਾਜ ਸੀਗੇ ਉੱਥੇ ਵੀ BJP ਦੀ ਸਰਕਾਰ ਆਈ ਇਹ ਰਾਮ ਜਨਮ ਭੂਮੀ ਦੇ ਮੁੱਦੇ 'ਤੇ ਔਰ ਜਿਹੜਾ ਕਿਹਾ ਗਿਆ ਗੁਜਰਾਤ ਮਾਡਲ 'ਤੇ, ਹੁਣ ਗੁਜਰਾਤ ਮਾਡਲ ਸਾਰੇ ਜਾਣਦੇ ਕਿਹੜੇ ਮਾਡਲ ਦੀ ਗੱਲ ਹੋਈ ਹੈ। ਅਤੇ ਜੇ ਸੰਘ ਵੀ ਸਾਡੇ ਨਾਲ ਆਏ, ਅਸੀਂ ਪ੍ਰਵੀਨ ਤੋਗੜੇ ਦੇ ਨਾਲ ਚਰਚਾ ਕੀਤੀ ਸੀ, ਬਦਕਿਸਮਤੀ ਨਾਲ ਉਹ ਵਿਚਾਰੇ ਵਿਸ਼ਵ ਹਿੰਦੂ ਪਰਿਸ਼ਦ 'ਚੋਂ ਬਾਹਰ ਹੋ ਗਏ, ਅਸੀਂ ਚਰਚਾ ਕੀਤੀ ਸੀ ਵੀ ਹਿੰਦੂ ਸਮਾਜ ਨੂੰ ਰਾਮ ਜਨਮ ਭੂਮੀ ਦੇ ਨਾਲ ਨਾਲ ਅਖਿਲ ਭਾਰਤੀ ਹਿੰਦੂ ਮੰਦਿਰ ਪ੍ਰਬੰਧਕ ਐਕਟ ਲਈ ਲੜਨਾ ਚਾਹੀਦਾ, ਕਿਉਂਕਿ ਇੱਕ ਇਹ ਐਕਟ ਐਸਾ ਹੈ ਜਿਹੜਾ ਹਿੰਦੂ ਸਮਾਜ ਦੀ ਬਹੁਤ ਸਾਰੀ ਸਮੱਸਿਆਵਾਂ ਦਾ ਹੱਲ ਹੈ। ਹਿੰਦੂ ਸਮਾਜ ਨੂੰ ਜਿੰਨੀ ਆਸਾਂ ਸੀ BJP ਗੌਰਮੈਂਟ ਤੋਂ ਉੱਥੇ ਚੰਦਰਾਵਾ ਤੋਂ ਖਰੀਆਂ ਨਹੀਂ ਉਤਰੀਆਂ, ਅਤੇ ਉਹ ਕਾਫੀ ਸ਼ਿਕਾਇਤਾਂ ਹੈ। ਦੇਖੋ ਗੱਲ ਇਹ ਵੀ ਆਸਾਂ ਤਾਂ ਬਹੁਤ ਸੀਗੀਆਂ ਪਰ ਜੇ ਜਿਹੜਾ ਇਹਨਾਂ ਦਾ ਆਖਰੀ ਪੀਰੀਅਡ ਹੈ ਜਿਹਦੇ 'ਚ ਰਾਮ ਜਨਮ ਭੂਮੀ ਦਾ ਨਿਰਮਾਣ ਕਰ ਜਾਂਦੇ ਆ ਤਾਂ ਹਿੰਦੂ ਸਮਾਜ ਸੰਤੁਸ਼ਟ ਹੋਏਗਾ ਔਰ ਅਗਲੇ ਪਤਾ ਨਹੀਂ ਕਿੰਨੇ ਸਾਲਾਂ ਲਈ ਸ਼ਾਸਨ ਦੀ ਬਾਗਡੋਰ ਇਹਨਾਂ ਕੋਲ ਆ ਜਾਏਗੀ। ਕਿਉਂਕਿ ਜੇ ਇਹ ਸਮਝਣ ਕਿ ਅਸੀਂ ਟੋਪੀ ਲਾ ਕੇ ਵੋਟ ਲੈ ਲਾਂਗੇ, ਜੇ ਅਸੀਂ ਇਫਤਾਰ ਪਾਰਟੀ 'ਚ ਜਾ ਕੇ ਲੈ ਲਾਂਗੇ, ਕਤਈ ਵੋਟ ਨਹੀਂ ਮਿਲੇਗੀ। ਕਾਂਗਰਸ ਨੇ ਬੜੀਆਂ ਟੋਪੀਆਂ ਲਾਈਆਂ, ਬੜੇ ਇਫਤਾਰ ਪਾਰਟੀ 'ਚ ਗਏ, ਕਾਂਗਰਸ ਦੀ ਸਰਕਾਰ ਕਿਸ ਹਾਲਤ 'ਚੋਂ ਦੇ ਸਕਦੇ? ਸਿਰਫ ਔਰ ਸਿਰਫ ਸ਼੍ਰੀ ਰਾਮ ਜਨਮ ਭੂਮੀ ਦੇ ਮੁੱਦੇ 'ਤੇ ਔਰ ਸਿਰਫ ਔਰ ਸਿਰਫ ਗੁਜਰਾਤ ਮਾਡਲ 'ਤੇ ਇਹਨਾਂ ਨੂੰ ਉਹ ਵੋਟ ਮਿਲੀ ਹੈ। ਜੇ ਗੁਜਰਾਤ ਮਾਡਲ ਭੁੱਲਣਗੇ, ਜੇ ਰਾਮ ਜਨਮ ਭੂਮੀ ਭੁੱਲਣਗੇ ਤੇ ਦੂਸਰੇ ਰਾਹੁਲ ਗਾਂਧੀ ਦੇ ਵਾਰਿਸ ਆਪਣਾ ਏਜੰਡਾ ਚੋਣਾ ਹੈ। ਅਸੀਂ ਤਾਂ ਸਾਮੂਹਿਕ ਰੂਪ 'ਚ ਚਾਹੁੰਦੇ ਕਿ ਜਿਹੜਾ ਵਿਕਾਸ ਦੀ ਗੱਲ ਹੋਵੇ, ਰਾਮ ਜਨਮ ਭੂਮੀ ਦੇ ਨਿਰਮਾਣ ਦੀ ਗੱਲ ਹੋਵੇ ਔਰ ਹਿੰਦੁਸਤਾਨ ਦੇ ਅੰਦਰ ਬਹੁਸੰਖਿਅਕ ਹੋ ਕੇ ਸੰਤਾਪ ਦਾ ਸ਼ਿਕਾਰ ਨਾ ਹੋ ਜਾਏ ਕਿ ਅਸੀਂ ਬਹੁਸੰਖਿਅਕ ਹੈ, ਇਸ ਕਰਕੇ ਸਾਨੂੰ ਹਰ ਮਾਮਲੇ 'ਚ ਚੁੱਪ ਰਹਿਣਾ ਪਏਗਾ। ਇਹ ਇੱਕ ਸਾਡੇ ਲਈ ਸੰਤਾਪ ਬਣ ਗਿਆ ਕਿ ਅਸੀਂ ਵੱਡੀ ਗਿਣਤੀ 'ਚ ਹਾਂ, ਇਸ ਕਰਕੇ ਚੁੱਪ ਰਹੋ, ਆਹ ਹੋ ਰਿਹਾ ਚੁੱਪ ਰਹੋ। ਹੁਣ ਜੇ ਸਿੱਖ ਸਮਾਜ ਨੇ ਸੁਪਰੀਮ ਕੋਰਟ ਦੇ ਸਵਾਲ ਦਾ ਜਵਾਬ ਦਿੱਤਾ, ਉਹਨਾਂ ਨੇ ਪੁੱਛਿਆ ਵੀ ਕਿਆ ਦਸਤਾਰ ਸਜਾਣੀ ਸਿੱਖ ਲਈ ਜ਼ਰੂਰੀ ਹੈ, ਸਿੱਖਾਂ ਦੇ ਵਕੀਲ ਨੇ ਜਾਂ SGPC ਦੇ ਵਕੀਲ ਨੇ ਸੁਪਰੀਮ ਕੋਰਟ ਨੂੰ ਡੈਫੀਨੇਸ਼ਨ ਦਿੱਤਾ, ਉਹਨਾਂ ਨੇ ਨੀਟ ਦੇ ਪੇਪਰ 'ਚ ਅਲਾਊ ਕਰਤਾ। ਦੂਸਰੇ ਪਾਸੇ ਹਿੰਦੂ ਸਮਾਜ ਨੂੰ ਕਈ ਮਾਮਲਿਆਂ ਦੇ ਵਿੱਚ ਮੂੰਹ ਦੀ ਖਾਣੀ ਪੈ ਰਹੀ ਹੈ, ਕਿਉਂਕਿ ਸਾਡੇ ਉਸ ਮੰਦਰ ਐਕਟ ਨਾ ਹੋਣ ਕਰਕੇ ਸਾਡਾ ਕੋਈ ਇੰਸਟੀਟਿਊਸ਼ਨ ਨਹੀਂ ਹੈ
ਜਿਹੜਾ ਇਹ ਨਿਰਧਾਰਿਤ ਕਰੇ ਕਿ ਦੁਸਹਿਰਾ ਇਸ ਤਰੀਕ ਨੂੰ ਹੋਏਗਾ, ਦੀਵਾਲੀ ਇਸ ਤਰੀਕ ਨੂੰ ਹੋਏਗਾ, ਜਾਂ ਕਸ਼ਮੀਰੀ ਪੰਡਿਤ ਉਜਾੜੇ ਗਏ ਹੈ, ਜਾਂ ਹਿੰਦੂ ਰੋਹਿੰਗਿਆ ਮੁਸਲਮਾਨ ਦੇ ਸਤਾਏ ਹੋਏ ਹਿੰਦੂਆਂ ਨੂੰ ਉਰੇ ਸ਼ਰਨ ਨਹੀਂ ਮਿਲ ਰਹੀ, ਔਰ ਸਾਡੀ ਨਿਆਂ ਪ੍ਰਕਿਰਿਆ ਉਹਨਾਂ ਨੂੰ ਸ਼ਰਨ ਦੇ ਰਹੀ ਹੈ। ਬਾਂਗਲਾਦੇਸ਼ ਦੇ ਵਿੱਚ ਹਿੰਦੂਆਂ ਨਾਲ ਕੀ ਹੋਇਆ, ਬੜੇ ਪੱਧਰ 'ਤੇ ਦਿਖਾਇਆ ਗਿਆ, ਪਰ UNO ਦੇ ਵਿੱਚ ਇਹ ਮੁੱਦਾ ਨਹੀਂ ਉਠਾਇਆ ਜਾ ਸਕਿਆ ਕਿਉਂਕਿ ਇੰਟਰਨੈਸ਼ਨਲ ਲੈਵਲ 'ਤੇ ਹਿੰਦੂ ਸੰਸਥਾਵਾਂ ਕੰਮ ਨਹੀਂ ਕਰ ਪਾ ਰਹੀਆਂ। ਅੱਜ ਕੱਲ੍ਹ ਰਿਸੋਰਸਿਸ ਦਾ ਕੰਮ ਚੱਲ ਰਿਹਾ, ਤਾਂ ਉਹਨਾਂ ਨੇ ਲਾਲ ਕਿਲੇ ਦੇ ਉੱਤੇ ਜਿਹੜਾ ਪੈਸਾ ਲੱਗ ਰਿਹਾ ਸੀ, ਜੋ ਦੇਖੋ BJP ਮੋਦੀ ਨਾਲ ਸਾਡੇ 100 ਡਿਫਰੈਂਸ ਹੋ ਸਕਦੇ, ਉਹਨਾਂ ਨੇ ਲਾਲ ਕਿਲੇ 'ਤੇ ਜਿਹੜਾ ਪੈਸਾ ਲੱਗ ਰਿਹਾ ਸੀ, ਉਸ ਪੈਸੇ ਨੂੰ ਪ੍ਰਾਈਵੇਟ ਕੰਪਨੀਆਂ ਤੋਂ ਪੈਸਾ ਸਰਕਾਰ ਦੇ ਖਜ਼ਾਨੇ 'ਚ ਲਿਆਂਦਾ, ਲੁਟਾਇਆ ਤਾਂ ਹੈ ਨਹੀਂ, ਉਹ ਲਾਲ ਕਿਲਾ ਵੇਚ ਵੀ ਨਹੀਂ ਦਿੱਤਾ। ਆਪਾਂ ਬਹੁਤ ਸਾਰੇ ਚੌਂਕ ਦੇਖਦੇ ਹਾਂ ਜਿਹਨੂੰ ਮੇਨਟੇਨ ਕਰਨ ਦੇ ਲਈ ਹੁਣ ਫੁਹਾਰਾ ਚੌਂਕ ਸਾਡਾ ਕਿਸੇ ਕੰਪਨੀ ਨੂੰ ਦੇ ਦਿੱਤਾ ਗਿਆ, ਮਹਾਰਾਜਾ ਨੇ ਫੁਹਾਰਾ ਚੌਂਕ ਵੇਚ ਥੋੜ੍ਹੀ ਦਿੱਤਾ। ਅਤੇ ਇਸ ਤਰ੍ਹਾਂ BJP ਸਰਕਾਰ ਨੇ ਜੇ ਲਾਲ ਕਿਲੇ ਦੀ ਬਿਹਤਰੀ ਵਾਸਤੇ ਉਹਨੂੰ ਅੱਛੀ ਸਾਂਭ ਸੰਭਾਲ ਲਈ ਦਿੱਤਾ ਹੈਗਾ, ਤਾਂ ਉਹ ਜਿਹੜੇ ਹਾਇ ਤੋਬਾ ਕਰ ਰਹੇ ਉਹ ਤਾਂ ਇਹ ਵੀ ਆਪਣੇ ਬੰਦੇ ਨੂੰ ਠੇਕਾ ਦੇ ਦਿੰਦੇ। ਦੇਖੋ ਜਿਹੜੇ ਗਊ ਦੇ ਸੇਵਾ ਸੰਭਾਲ ਦੇ ਲਈ ਪੰਜਾਬ ਸਰਕਾਰ ਨੇ ਗਊ ਸੈਂਸ ਲਗਾਇਆ ਸੀਗਾ, ਔਰ ਗਊ ਸੈਂਸ ਦਾ ਪੈਸਾ ਕਾਫੀ ਮਾਤਰਾ ਦੇ ਵਿੱਚ ਸਥਾਨਕ ਲੋਕਲ ਵਾਰਡੀ ਨਗਰ ਪਾਲਿਕਾ ਦੇ ਵਿੱਚ ਆਉਂਦਾ ਹੈ, ਪਟਿਆਲੇ ਵੀ ਆਉਂਦਾ, ਨਾਭਾ ਵੀ ਆ ਰਿਹਾ ਹੋਊਗਾ। ਤਾਂ ਇਸ ਕਰਕੇ ਜੇ ਗਊ ਬੰਸ ਕੋਈ ਸੜਕ 'ਤੇ ਘੁੰਮ ਰਿਹਾ ਔਰ ਉਹਦੀ ਦੇਖਭਾਲ ਨਹੀਂ ਹੋ ਰਹੀ, ਤਾਂ ਉਹਦੇ ਲਈ ਪ੍ਰਸ਼ਾਸਨ ਸਿੱਧੇ ਸਿੱਧੇ ਜ਼ਿੰਮੇਵਾਰ ਹੈ, ਕਿਉਂਕਿ ਪ੍ਰਸ਼ਾਸਨ ਇਹ ਬਹਾਨਾ ਨਹੀਂ ਲਗਾ ਸਕਦਾ ਕਿ ਸਾਡੇ ਕੋਲ ਪੈਸਾ ਨਹੀਂ ਹੈ, ਸੋਰਸ ਆਫ ਇਨਕਮ ਨਹੀਂ ਹੈ। ਬਿਜਲੀ ਦੇ ਉੱਤੇ ਗਊ ਸੈਂਸ ਲੱਗ ਰਿਹਾ, ਆਪਣਾ ਪੈਟਰੋਲ ਦੇ ਉੱਤੇ ਗਊ ਸੈਂਸ ਲੱਗ ਰਿਹਾ, ਸ਼ਰਾਬ ਦੇ ਉੱਤੇ ਲੱਗ ਰਿਹਾ, ਔਰ ਇਸੇ ਤਰੀਕੇ ਦੇ ਨਾਲ ਹੋਰ ਕਈ ਆਈਟਮਾਂ ਹੈਗੀਆਂ, ਪੈਟਰੋਲ ਆ ਉਹਦੇ ਉੱਤੇ ਵੀ ਗਊ ਸੈਂਸ ਲੱਗ ਰਿਹਾ। ਅਤੇ ਅਸੀਂ ਆਪਣੀ ਇੱਥੇ ਦੀ ਮੀਟਿੰਗ ਅੱਜ ਜਿਹੜੀ ਹੋਈ ਹੈ ਨਾਭੇ ਦੇ ਵਿੱਚ, ਉਹਦੇ ਵਿੱਚ ਇਹ ਵੀ ਪ੍ਰਸਤਾਵ ਪਾਸ ਕੀਤਾ ਹੈ ਕਿ ਜਲਦੀ ਸਾਡੀ ਪਾਰਟੀ ਦੇ ਸਥਾਨਕ ਲੀਡਰ ਰਿੰਕੂ ਜੀ ਦੀ ਅਗਵਾਈ ਦੇ ਵਿੱਚ, ਜਿਹੜੇ ਕਿ ਨਾਭਾ ਸਿਵ ਸੈਨਾ ਹਿੰਦੁਸਤਾਨ ਦੇ ਇੰਚਾਰਜ ਹੈ, ਉਹਨਾਂ ਦੀ ਅਗਵਾਈ 'ਚ ਪ੍ਰਤੀਨਿਧ ਮੰਡਲ SDF ਨੂੰ ਮਿਲੇਗਾ, ਔਰ ਮੰਗ ਪੱਤਰ ਦੇਗਾ ਜਿੰਨੀਆਂ ਵੀ ਗਊਆਂ ਇੱਥੇ ਘੁੰਮ ਰਹੀਆਂ ਸੜਕ ਦੇ ਉੱਤੇ ਉਹਨਾਂ ਨੂੰ ਇੱਥੇ ਵਜੀਦਪੁਰ ਦੀ ਗਊਸ਼ਾਲਾ 'ਚ ਛੱਡਿਆ ਜਾਏ, ਔਰ ਸਾਡੀ ਲੋਕਲ ਸਿਵ ਸੈਨਾ ਉਹਦਾ ਧਿਆਨ ਵੀ ਰੱਖੇਗੀ, ਔਰ ਆਉਣ ਵਾਲੇ 10-15 ਦਿਨ ਦੇ ਵਿੱਚ ਮੈਂ ਵੀ ਉੱਥੇ ਦੌਰਾ ਕਰਾਂਗਾ, ਕਿਉਂਕਿ ਅਸੀਂ ਗਾਜ਼ੀਪੁਰ ਦੇ ਵਿੱਚ ਵੀ ਗਊਸ਼ਾਲਾ ਜਿਹੜੀ ਸਰਕਾਰੀ ਹੈ ਉਹਦੇ ਵਿੱਚ ਵੀ ਕਈ ਕਾਫੀ ਅਨਿਯਮਤਾ ਸੀਗੀਆਂ, ਬੇਨਿਯਮੀਆਂ ਸੀਗੀਆਂ, ਅਸੀਂ ਗਏ ਔਰ DC ਪਟਿਆਲਾ ਦੇ ਧਿਆਨ 'ਚ ਲਿਆਂਦਾ, ਉੱਥੇ ਸੁਧਾਰ ਹੋਇਆ। ਇਸੇ ਤਰ੍ਹਾਂ ਵਜੀਦਪੁਰ ਦੀ ਗਊਸ਼ਾਲਾ ਦਾ ਵੀ ਜਲਦੀ ਮੈਂ ਦੌਰਾ ਕਰਾਂਗਾ, ਔਰ ਉੱਥੇ ਵੀ ਜਿਹੜੀਆਂ ਕਮਜ਼ੋਰੀਆਂ ਹੋਣਗੀਆਂ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਨੋਟਿਸ 'ਚ ਲਿਆ ਕੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਦੋਂ ਕਿ ਉੱਥੇ ਸਰਕਾਰ ਵੱਲੋਂ ਚਾਰੇ ਵਾਸਤੇ ਜਗ੍ਹਾ ਗਊਆਂ ਦੇ ਚਾਰੇ ਦੇ ਲਈ ਹੋਣੀ ਚਾਹੀਦੀ ਹੈ, ਔਰ ਜੇ ਫਸਲ ਉਗਾਈ ਜਾ ਰਹੀ ਹੈ ਤਾਂ ਜ਼ਰੂਰ ਹੀ ਗਲਤ ਗੱਲ ਹੈ, ਔਰ ਸਾਡੀ ਪਾਰਟੀ RTI ਲਗਾ ਕੇ ਉਸ 'ਚ ਪੂਰੀ ਜਾਣਕਾਰੀ ਮੰਗੇਗੀ, ਔਰ ਜੇ ਇਸ ਤਰ੍ਹਾਂ ਦੀ ਜਾਣਕਾਰੀ ਹੋਏਗੀ ਤਾਂ ਪਾਰਟੀ ਜਿਹੜੇ ਸੰਬੰਧਿਤ ਲੋਕ ਹੈ ਉਹਨਾਂ ਦੇ ਖਿਲਾਫ਼ ਕਾਰਵਾਈ ਕਰਨ ਲਈ DC ਨੂੰ ਮੰਗ ਪੱਤਰ।